ਮਨਪ੍ਰੀਤ ਬਾਦਲ ਦੇ ਵਿਚਾਰਾਂ ਨਾਲ ਪੀਐਮ ਦੀ ਸਹਿਮਤੀ। ਮਨਪ੍ਰੀਤ ਬਾਦਲ ਦਾ ਲਿਖਿਆ ਆਰਟੀਕਲ ਪੀਐਮ ਨੇ ਕੀਤਾ ਸ਼ੇਅਰ। ਇੰਗਲਿਸ਼ ਨਿਊਜ਼ਪੇਪਰ 'ਚ ਛਪਿਆ ਸੀ ਮਨਪ੍ਰੀਤ ਬਾਦਲ ਦਾ ਆਰਟੀਕਲ। ਆਰਟੀਕਲ ਪੜ੍ਹ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ। ਪੀਐਮ ਦਾ ਕਹਿਣਾ ਹੈ ਕਿ ਪੰਜਾਬ ਦੀ ਅਮੀਰ ਸਮਰੱਥਾ ਨੂੰ ਪਛਾਣਿਆ ਨਹੀਂ ਗਿਆ। ਪੰਜਾਬ ਦੇ ਲੋਕ ਪ੍ਰਤਿਭਾ ਦੇ ਨਾਲ ਭਰਪੂਰ ਹਨ। ਵਿਕਸਿਤ ਪੰਜਾਬ ਦੇ ਨਿਰਮਾਣ ਨੂੰ ਬੀਜੇਪੀ ਤਰਜੀਹ ਦੇਵੇਗੀ। ਦੱਸ ਦਈਏ ਕਿ ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਇੱਕ ਇੰਗਲਿਸ਼ ਨਿਊਜ਼ਪੇਪਰ 'ਚ ਆਰਟੀਕਲ ਛਪਿਆ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਨਿਗਾਰ ਨਿਰਾਸ਼ਾ ਅਤੇ ਅਸ਼ਾਂਤੀ ਵੱਲ ਵੱਧ ਰਿਹਾ ਹੈ। ਪੰਜਾਬ ਸਿਆਸੀ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਗੁੰਝਲਦਾਰ ਮਿਸ਼ਰਣ ਦੇ ਨਾਲ ਜੂਝ ਰਿਹਾ ਹੈ, ਜਿਸ ਨੂੰ ਬਚਾਉਣ ਦੇ ਲਈ ਉਹਨਾਂ ਨੇ ਤਰੀਕੇ ਵੀ ਲਿਖੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੇ ਇਸ ਆਰਟੀਕਲ ਦੀ ਸ਼ਲਾਘਾ ਕੀਤੀ ਗਈ ਅਤੇ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਪੰਜਾਬ ਦੀ ਅਮੀਰ ਸਮਰੱਥਾ ਨੂੰ ਕਿਸੇ ਨੇ ਪਹਿਚਾਣਿਆ ਨਹੀਂ ਹੁਣ ਤੱਕ। ਪੰਜਾਬ ਦੇ ਲੋਕ ਪ੍ਰਤਿਭਾ ਦੇ ਨਾਲ ਭਰਪੂਰ ਹਨ ਅਤੇ ਉਹਨਾਂ ਨੂੰ ਕਾਮਯਾਬੀ ਬੀਜੇਪੀ ਦੇਵੇਗੀ ਅਤੇ ਪੰਜਾਬ ਦੇ ਨਿਰਮਾਣ ਦੇ ਵਿੱਚ ਵੀ ਬੀਜੇਪੀ ਕੰਮ ਜ਼ਰੂਰ ਕਰੇਗੀ। ਵੱਧ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਸਾਡੇ ਨਾਲ ਫੋਨੋ ਲਾਈਨ 'ਤੇ ਮੌਜੂਦ ਨੇ। ਆਓ ਜਾਣਦੇ ਹਾਂ ਕਿ ਆਖਿਰਕਾਰ ਮਨਪ੍ਰੀਤ ਬਾਦਲ ਦੇ ਵੱਲੋਂ ਉਸ ਆਰਟੀਕਲ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਜੋ ਪੀਐਮ ਇੰਨੇ ਖੁਸ਼ ਹੋ ਗਏ। ਜਿਹੜਾ ਇਹ ਟਵੀਟ ਹੈ, ਟਵੀਟ ਤੋਂ ਪਹਿਲਾਂ ਜੇ ਇਸਦੇ ਬੇਸ ਦੀ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਨੇ ਇੱਕ ਰਾਈਟਅਪ ਲਿਖਿਆ ਅੰਗਰੇਜ਼ੀ ਦੇ ਫੇਮਸ ਨਿਊਜ਼ ਪੇਪਰ 'ਚ, ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਬਾਰੇ ਜ਼ਿਕਰ ਕੀਤਾ ਕਿ ਪੰਜਾਬ ਦੀ ਜਿਹੜੀ ਮੌਜੂਦਾ ਹਾਲਾਤ ਹੈ, ਪੰਜਾਬ ਹਰ ਪਾਸਿਓਂ ਇਸ ਵੇਲੇ ਡਿਸਟ੍ਰੈਸ ਵਿੱਚ ਚੱਲ ਰਿਹਾ ਹੈ ਤੇ ਜਿਹੜੀ ਇੰਡਸਟਰੀ ਫਾਊਂਡੇਸ਼ਨ ਹੈ ਉਹ ਖਤਮ ਹੋ ਚੁੱਕੀ ਹੈ ਪੰਜਾਬ ਦੀ, ਤੇ ਇਕਨੋਮਿਕਲੀ ਪੰਜਾਬ ਵੈਸੇ ਵੀ ਵੀਕਰ ਸੈਕਸ਼ਨ ਵਿੱਚ ਹੈ ਤੇ ਸੋਸ਼ਲੀ ਵੀ ਕਾਫੀ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ। ਤੇ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਕਿ ਜਿਹੜੀ ਬੀਜੇਪੀ ਗਵਰਨਮੈਂਟ ਹੈ, ਜਿਹੜੀ ਬੀਜੇਪੀ ਪਾਰਟੀ ਹੈ, ਉਸਦੀ ਜੇ ਸਰਕਾਰ ਬਣੇ ਤਾਂ ਉਹ ਪੰਜਾਬ ਨੂੰ ਇਸ ਸਾਰੇ ਕ੍ਰਾਈਸਿਸ ਵਿੱਚੋਂ ਕੱਢ ਸਕਦੀ ਹੈ, ਕਿਉਂਕਿ ਪੰਜਾਬ ਪਹਿਲਾਂ ਵੀ ਇਸ ਕ੍ਰਾਈਸਿਸ ਵਿੱਚੋਂ ਕ੍ਰਾਈਸਿਸ ਵਿੱਚ ਪਿਆ ਤੇ ਨਿਕਲਦਾ ਰਿਹਾ। ਉਹਨਾਂ ਨੇ ਸ਼ੁਰੂਆਤ ਕੀਤੀ 1919 ਵਿੱਚ ਜਦੋਂ ਜਲ੍ਹਿਆਂਵਾਲਾ ਬਾਗ ਹੋਇਆ ਸੀਗਾ, ਤੇ ਉਸ ਤੋਂ ਬਾਅਦ ਫਿਰ ਕਿਵੇਂ ਪੰਜਾਬ ਨੇ ਰਾਈਜ਼ ਕੀਤਾ, ਫਿਰ ਉਸ ਤੋਂ ਬਾਅਦ ਜਿਹੜੇ ਰੈਗੂਲਰ ਇਕਨੋਮਿਕਲੀ ਜਾਂ ਸੋਸ਼ਲੀ ਚੈਲੰਜਸ ਪੰਜਾਬ ਅੱਗੇ ਆਉਂਦੇ ਰਹੇ ਉਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਤੇ ਬਕਾਇਦਾ ਉਹਨਾਂ ਨੇ ਬੀਜੇਪੀ ਰੂਲਿੰਗ ਕੁਛ ਸਟੇਟ ਦੀ ਉਦਾਹਰਣ ਦਿੱਤੀ ਕਿ ਯੂਪੀ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਸੀ ਉਹਨੂੰ ਕਿਵੇਂ ਕੱਢਿਆ ਗਿਆ, ਗੁਜਰਾਤ ਮਾਡਲ ਹੈ ਜਿਹੜਾ ਇੰਡਸਟਰੀ ਨੂੰ ਲੈ ਕੇ ਡਿਵੈਲਪ ਹੋ ਰਿਹਾ ਹੈ, ਉੱਤਰਾਖੰਡ ਮਾਡਲ ਹੈ ਟੂਰਿਜ਼ਮ ਨੂੰ ਲੈ ਕੇ ਡਿਵੈਲਪ ਹੋ ਰਿਹਾ ਤੇ ਮਹਾਰਾਸ਼ਟਰ ਵਿੱਚ ਜਿਹੜਾ ਇਨਫਰਾਸਟ੍ਰਕਚਰ ਬਹੁਤ ਸਟਰੋਂਗ ਹੈ। ਇਹ ਜ਼ਿਕਰ ਖਾਸ ਹੈ ਕਿ ਇਹਨਾਂ ਸਾਰੇ ਸੂਬਿਆਂ ਵਿੱਚ ਬੀਜੇਪੀ ਦੇ ਬੀਜੇਪੀ ਦੇ ਭਾਈਵਾਲ ਦੀ ਸਰਕਾਰ ਹੈ, ਤਾਂ ਕਰਕੇ ਮਨਪ੍ਰੀਤ ਬਾਦਲ ਨੇ ਜ਼ਿਕਰ ਕੀਤਾ ਕਿ ਜਿਹੜੀ ਬੀਜੇਪੀ ਹੈ ਉਹੀ ਪੰਜਾਬ ਨੂੰ ਇਸ ਡਿਸਟ੍ਰੈਸ ਵਿੱਚੋਂ ਕੱਢ ਸਕਦੀ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਮਨਪ੍ਰੀਤ ਬਾਦਲ ਵੀ ਪਿਛਲੇ ਕਾਫੀ ਟਾਈਮ ਤੋਂ ਬੀਜੇਪੀ ਵਿੱਚ ਹੈ ਤੇ ਉਸ ਰਾਈਟਅਪ ਨੂੰ ਨਰਿੰਦਰ ਮੋਦੀ ਜਿਹੜੇ ਕਿ ਪ੍ਰਧਾਨ ਮੰਤਰੀ ਆ ਉਹਨਾਂ ਨੇ ਆਪਦੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਤੇ ਉਹਨਾਂ ਨੇ ਬਕਾਇਦਾ ਲਿਖਿਆ ਕਿ ਮਨਪ੍ਰੀਤ ਬਾਦਲ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿਹੜੀ ਪੰਜਾਬ ਦੀ ਰਿਚ ਪੋਟੈਂਸ਼ੀਅਲ ਹੈ ਉਹਨੂੰ ਫੁੱਲੀ ਪੂਰੇ ਤਰੀਕੇ ਨਾਲ ਰਿਲਾਈਜ਼ ਹੀ ਨਹੀਂ ਕੀਤਾ ਗਿਆ। ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਵਿੱਚ ਬੇਤਹਾਸ਼ਾ ਟੈਲੈਂਟ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਸਾਡੀ ਪਾਰਟੀ ਹੈ ਕਿ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਐਸਪੀਰੇਸ਼ਨ ਹੈ ਜਾਂ ਜਿਹੜੀਆਂ ਇੱਛਾਵਾਂ ਹੈ ਉਹਨਾਂ ਦੀਆਂ ਉਹਨਾਂ ਨੂੰ ਅਸੀਂ ਪੂਰੀ ਤਰੀਕੇ ਨਾਲ ਬਲ ਦਈਏ ਤੇ ਇੱਕ ਪੰਜਾਬ ਨੂੰ ਜਿਹੜਾ ਵਿਕਸਿਤ ਪੰਜਾਬ ਜਾਂ ਸੁਨਹਿਰਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ। ਤੇ ਇਸ ਸੰਬੰਧੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਜਿਹੜਾ ਮਨਪ੍ਰੀਤ ਬਾਦਲ ਦਾ ਰਾਈਟਅਪ ਆਪਦੇ ਟਵਿੱਟਰ ਹੈਂਡਲ ਤੇ ਸ਼ੇਅਰ ਪਾ ਕੇ ਇਸ ਟਾਈਪ ਦੇ ਉਹਨਾਂ ਨੇ ਵਿਚਾਰ ਰੱਖੇ, ਗੁਰਜੋਤ ਜ਼ਿਕਰੇ ਖਾਸ ਇਹ ਕਿ ਮਨਪ੍ਰੀਤ ਬਾਦਲ ਪੋਲੀਟੀਕਲੀ ਜ਼ਿਆਦਾ ਬਾਵਜੂਦ ਜਿਹੜੀ ਪਹਿਲੀ ਰੈਲੀ ਹੋਈ ਸੀ ਪਟਿਆਲਾ ਵਿੱਚ ਜਿੱਥੇ ਨਰਿੰਦਰ ਮੋਦੀ ਪਹੁੰਚੇ ਸੀਗੇ ਉੱਥੇ ਮਨਪ੍ਰੀਤ ਬਾਦਲ ਬਕਾਇਦਾ ਸਟੇਜ ਤੇ ਮੌਜੂਦ, ਤੇ ਉਸ ਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਨੂੰ ਬਕਾਇਦਾ ਬੁਲਾਇਆ ਗਿਆ ਸੀਗਾ ਬੀਜੇਪੀ ਦੀ
ਹਾਈ ਕਮਾਂਡ ਵੱਲੋਂ ਕਿ ਉਸ ਤੁਸੀਂ ਰੈਲੀ ਵਿੱਚ ਪਹੁੰਚੋ ਤੇ ਉਸ ਰੈਲੀ ਵਿੱਚ ਮਨਪ੍ਰੀਤ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਕੁਛ ਮਿੰਟ ਦੀ ਗੁਫ਼ਤਗੂ ਵੀ ਹੋਈ ਹੈ ਜਿਹੜੀ ਕਿ ਵੀਡੀਓ ਰਿਕਾਰਡਿੰਗ ਵੀ ਬਕਾਇਦਾ ਉੱਥੇ ਅਵੇਲੇਬਲ ਹੈ ਤੇ ਉਸ ਸੰਬੰਧੀ ਦੱਸਿਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਦੀ ਕੋਈ ਗੁਫ਼ਤਗੂ ਹੋਈ ਨਰਿੰਦਰ ਮੋਦੀ ਨਾਲ, ਜਿਸ ਤੋਂ ਬਾਅਦ ਉਹਨਾਂ ਨੇ ਇਹ ਰਾਈਟਅਪ ਲਿਖਿਆ ਜਿਹੜਾ ਕਿ ਅੱਜ ਦੇ ਹਿੰਦੁਸਤਾਨ ਟਾਈਮਸ ਵਿੱਚ ਪਬਲਿਸ਼ ਹੋਇਆ ਤੇ ਉਸੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਕਾਇਦਾ ਕੋਟ ਕਰਕੇ ਸ਼ੇਅਰ ਕੀਤਾ ਗਿਆ।